ਉਹ ਸਮਾਂ ਆਪਣੇ ਮਾਦਨ ਜਾਂ ਫੋਟੋਆਂ ਜਾਂ ਗੜਬੜ ਪਾ ਕੇ ਉਦੋਂ ਲੋਕ ਸਮਝ ਸਮਝਣ ਲੱਗ ਪਏ ਕਿ ਮੁਸਲਮਾਨ ਸਿੱਖਾਂ ਨੂੰ ਮੁਸਲਮਾਨ ਸਮਝਣ ਲੱਗ ਪਏ ਸੀਗੇ ਇਹ ਮੈਂ ਸਲਾਈਡ ਉਸ ਵੇਲੇ ਕਰ ਰਿਹਾ ਔਰ ਮੈਂ ਇਹ ਪ੍ਰੈਜੈਂਟੇਸ਼ਨ ਆ ਮਲਟੀਕਲਚਰਲ ਔਰਗਨਾਈਜੇਸ਼ਨ ਕਈ ਜਗ੍ਹਾ 'ਤੇ ਮੈਂ ਪ੍ਰੈਜੈਂਟ ਕੀਤੀ ਹੈ ਇਸਦੇ ਬਾਰੇ ਟੂ ਕਲੀਅਰ ਅਵੇਅਰਨੈਸ ਅਬਾਊਟ ਟਰਬਨ ਟਰਬਨ ਅਸਲ ਦੇ ਵਿੱਚ ਇਟ ਹੈਜ਼ ਬੀਨ ਦੇਅਰ ਸਿੰਸ ਬਿਬਲਿਕਲ ਟਾਈਮਸ ਇਹ ਨਵੀਂ ਚੀਜ਼ ਨਹੀਂ ਹੋ ਅਸਲ 'ਤੇ ਬੜੀ ਲੰਬੀ ਆ ਪ੍ਰੈਜੈਂਟੇਸ਼ਨ ਮੈਂ ਇਹਨੂੰ ਬੜਾ ਸ਼ੋਰ ਕਰਕੇ ਜਲਦੀ ਜਲਦੀ ਪੇਸ਼ ਕਰਾਂਗਾ ਇਹ ਨਾਮ ਨੇ ਡਿਫਰੈਂਟ ਕੰਟਰੀਜ਼ ਦੇ ਵਿੱਚ ਡਿਫਰੈਂਟ ਕਲਚਰਸ ਦੇ ਵਿੱਚ ਇਹਨਾਂ ਦੇ ਕੀ ਨਾਮ ਹੈ ਡੂਰਿੰਗ ਬਿਬਲਿਕਲ ਟਾਈਮਸ ਇਨ ਦਾ ਕ੍ਰਿਸਚਨ ਪੀਰੀਅਡ ਓਲਡ ਟੈਸਟਾਮੈਂਟ ਟਾਕਸ ਅ ਲੋਟ ਅਬਾਊਟ ਟਰਬਨ ਸੋ ਟਰਬਨ ਵਾਸ ਏ ਸਿੰਬਲ ਆਫ ਰਾਇਲਟੀ ਆਈ ਕੈਨਟ ਗੋ ਇਨ ਡੀਟੇਲ ਵਾਟ ਦੈਟ ਵਨ ਸਿੰਬਲ ਆਫ ਰਾਇਲਟੀ ਸ਼ਾਹੀ ਖਾਨਦਾਨ ਦਾ ਪ੍ਰਤੀਕ ਸੀ ਇਟ ਵਾਸ ਸਿੰਬਲ ਆਫ ਪਰਫੈਕਟਹੂਡ ਐਂਡ ਹੋਲੀਨੈਸ ਪੈਗੰਬਰੀ ਦਾ ਪੁੱਤਰਤਾ ਦਾ ਪ੍ਰਤੀਕ ਸੀ ਇਹ ਸਿੰਬਲ ਆਫ ਪਿਓਰਿਟੀ ਸ਼ੁੱਧਤਾ ਦਾ ਪ੍ਰਤੀਕ ਸੀ ਅਤੇ ਸਿੰਬਲ ਆਫ ਮਿਸ਼ਨਰੀ ਦੈਟ ਇਜ਼ ਧਰਮ ਪ੍ਰਚਾਰ ਕਰਨ ਵਾਲਿਆਂ ਦਾ ਪ੍ਰਤੀਕ ਸੀਗਾ ਸਿੰਬਲ ਆਫ ਕਰੇਜ ਡੂਰਿੰਗ ਮੋਰਨਿੰਗ ਸੋਗ ਦੇ ਦੌਰਾਨ ਹਿੰਮਤ ਦਾ ਪ੍ਰਤੀਕ ਸੀਗਾ ਅਤੇ ਸਿੰਬਲ ਆਫ ਡਿਗਨਿਟੀ ਐਂਡ ਸੈਲਫ ਰਿਸਪੈਕਟ ਸਨਮਾਨ ਅਤੇ ਸਵੈ ਮਾਣ ਦਾ ਪ੍ਰਤੀਕ ਸੀਗਾ ਬੈਬੀਲੋਨੀਅਨ ਟਾਈਮ ਦੇ ਉੱਪਰ ਇਟ ਵਾਜ਼ ਏ ਸਿੰਬਲ ਆਫ ਸਟਰੈਂਥ ਜਵਾਨੀ ਅਤੇ ਤਾਕਤ ਦਾ ਪ੍ਰਤੀਕ ਸੀਗਾ ਅਤੇ ਸਿੰਬਲ ਆਫ ਜਸਟਿਸ ਚੈਰਿਟੀ ਜਾਂ ਤਾਂ ਪਰਉਪਕਾਰਤਾ ਦਾ ਪ੍ਰਤੀਕ ਸੀਗਾ ਮੁਸਲਿਮਸ ਦੇ ਵਿੱਚ ਪਰਫੈਕਟ ਮੁਹੰਮਦ ਨੇ ਇਹਦੇ ਬਾਰੇ ਬਹੁਤ ਕੁਛ ਲਿਖਿਆ ਵਾ ਉਹਨਾਂ ਨੇ ਲਿਖਿਆ ਕਿ ਪਗੜੀ ਵਿਸ਼ਵਾਸ ਅਤੇ ਅਵਿਸ਼ਵਾਸ ਦੇ ਵਿੱਚ ਇੱਕ ਸਰਹੱਦ ਬਣ ਗਿਆ ਡਿਊਰਿੰਗ ਔਨ ਦਾ ਡੇ ਆਫ ਜਜਮੈਂਟ ਜਿਹੜੇ ਵੀ ਆਦਮੀ ਦੇ ਸਿਰ ਦੇ ਉੱਤੇ ਜਿੰਨੇ ਲੜ ਹੋਣਗੇ ਪਗੜੀ ਦੇ ਉਹਨੂੰ ਉਸ ਵੀ ਜ਼ਿਆਦਾ ਮੇਰੇ ਵੱਲੋਂ ਅਸੀਸ ਮਿਲੇਗੀ ਬੜੇ ਇਹਦੇ ਬਾਰੇ ਕਾਫੀ ਲਿਖਿਆ ਗਿਆ ਵਾ ਮੈਂ ਜਲਦੀ ਪੇਸ਼ ਕਰਾਂਗਾ ਅਤੇ ਪੂਰੇ ਇਸਲਾਮਿਕ ਵਰਲਡ ਦੇ ਵਿੱਚ ਪਗੜੀ ਜਿਹੜੀ ਆ ਉਹ ਰਾਜਸ਼ਾਹੀ ਤਾਜ ਦੀ ਥਾਂ ਇਸ ਵਰਲਡ ਦੇ ਵਿੱਚ ਯੂਰਪ ਦੇ ਵਿੱਚ ਤਾਜ ਪਹਿਨਦੇ ਨੇ ਔਰ ਮੁਸਲਿਮ ਵਰਲਡ ਦੇ ਵਿੱਚ ਪਗੜੀ ਪਹਿਨਦੇ ਨੇ ਇਹ ਕੁਝ ਪਿਕਚਰਸ ਨੇ ਜਿਹੜੇ ਮੁਸਲਿਮ ਰੂਲਰ ਇੰਡੀਆ ਵਿੱਚ ਰਹੇ ਨੇ ਸੂਫੀਸ ਜਿਹੜੇ ਨੇ ਮੁਸਲਮਾਨ ਉਹ ਬੰਦੇ ਨੇ ਸ਼ੇਖ ਫਰੀਦ ਕਵਤਲਾ ਖੁਮੈਨੀ ਸੁਲਤਾਨ ਹੁਕਮਾਨ ਉਹ ਸਮਾਂ ਵੀ ਕਰਦੇ ਨੇ ਅਫਗਾਨ ਦੀ ਇਹਦੇ ਬਾਰੇ ਸਪੈਸ਼ਲ ਗੱਲ ਕਰਾਂਗਾ ਕਿ ਅਫਗਾਨੀ ਟਰਬਨ ਜਿਹੜੀ ਹੈ ਉਹ ਗੋਲਡ ਪੱਗ ਬੰਨਦੇ ਨੇ ਅਤੇ ਇੱਕ ਲੜ ਆਪਣੇ ਸ਼ੋਲਡਰ ਦੇ ਉੱਪਰੋਂ ਦੀ ਖੁੱਲ੍ਹਾ ਰੱਖਦੇ ਨੇ ਤਾਲਿਬਾਨ ਦੇ ਟਾਈਮ ਦੇ ਉੱਪਰ ਉਹਨਾਂ ਨੇ ਤਾਲਿਬਾਨ ਸਕੇ ਇਹ ਪੈਟਰਨ ਕਰ ਦਿੱਤਾ ਸੀਗਾ ਕਿ ਹਰ ਹਰ ਬੰਦਾ ਜਿਹੜਾ ਆ ਉਹ ਬੱਚਾ ਆ ਉਹ ਪੱਗ ਬੰਨ ਕੇ ਰੱਖੇਗਾ ਬਲੋਚ ਸਰਕਾਰ ਬਲੋਚਿਸਤਾਨ ਦੀ ਜਿਹੜੀ ਪੱਗ ਵਾ ਉਹ ਗੋਲ ਪੱਗ ਅਤੇ ਉਹਦਾ ਇੱਕ ਲੜ ਥੱਲੇ ਹੁੰਦਾ ਹੋਇਆ ਦੂਜੇ ਪਾਸੇ ਉੱਪਰ ਜਾ ਕੇ ਬੰਨਿਆ ਜਾਂਦਾ ਆ ਕਲਾ ਸੂਆ ਇਹ ਕੈਪ ਵਾ ਉਸ ਕੈਪ ਦੇ ਉੱਪਰ ਪੱਗ ਬੰਨ ਕੇ ਇੱਕ ਤੁਰਲਾ ਉੱਪਰ ਅਤੇ ਇੱਕ ਤੁਰਲਾ ਥੱਲੇ ਗਸ ਅਰਾਫਤ ਕਫੀਆ ਬੰਦੇ ਸੀਗੇ ਔਰ ਫਲਸਤੀਨੀਅਨ ਦਾ ਜਿਹੜਾ ਹੈਗਾ ਵਾ ਉਹ ਬਲੈਕ ਐਂਡ ਵਾਈਟ ਅਤੇ ਜਿਹੜੇ ਇਰਾਕੀ ਅਤੇ ਜੋਰਡੀਨੀਅਨ ਨੇ ਉਹਨਾਂ ਦਾ ਕਾਫੀ ਹੈ ਰੈਡ ਐਂਡ ਵਾਈਟ ਹਿੰਦੁਸਤਾਨ ਵਿੱਚ ਹਿੰਦੁਸਤਾਨ ਦੇ ਵਿੱਚ ਜਿਹੜਾ ਹਰ ਸਟੇਟ ਦੇ ਵਿੱਚ ਪੱਗ ਬੰਨੀ ਜਾਂਦੀ ਸੀ ਜਦੋਂ ਮੁਸਲਮਾਨਾਂ ਨੇ ਰੋਲ ਕਰਨਾ ਸ਼ੁਰੂ ਕੀਤਾ
So they passed a resolution, an order was passed by the king. Only Muslims can put on turban. The Hindu had a turban uthar ke, it was replaced by a cap. It was at that time Sikh Guru said that no Sikhs will continue putting on the turban. And they got both the Sikh Guru here. If this was not the only alarm they did. Another alarm, jehda unhone kita sikha, wo sikha ki all Hindu women, all Hindu girls, they will put a nut. This was the alarm. Jadon kudi Mahavari to this the first menses, during that time, they have the time to get married. Us wakat, there is Hindu kudi ekiya, oho, or there is a local Musliman, Hakim de Kol, ek raj buda ke aye bhi, or us wakat oho, kudi raj de baad, budan de baad, kudi nat utar ke, koka pa hai. That means now she will get married. Otherwise, she could not be married. ਜਿਹੜੀ ਆਪਣਾ ਅਸੀਂ ਖਾਣੇ ਸੁਣਦੇ ਹਾਂ ਨਥਨੀਆਂ ਨੇ ਹਾਏ ਰਾਮ ਬੜਾ ਦੁੱਖ ਜੀਣਾ ਨੱਥ ਉਦਾਰ ਨੇ ਇਹ ਉਸ ਵਕਤ ਦੀ ਸ਼ੁਰੂ ਹੋਈ ਹੋਈ ਹੈ ਇਹ ਉਹਦੇ ਉੱਪਰ ਲੱਗ ਗਿਆ ਵੱਡੇ ਵੱਡੇ ਉਸ ਵਕਤ ਦੇ ਜਿਹੜੇ ਰਾਜੇ ਸੀਗੇ ਇੰਡੀਆ ਦੇ ਉਹ ਸਾਰੇ ਟਿੱਪੂ ਸੁਲਤਾਨ ਨਸੂਰ ਰਫੌਰ ਰਾਜਪੂਤ ਸਵਾਮੀ ਵਿਵੇਕਾਨੰਦ ਮਦਨ ਮੋਹਨ ਮਾਲਵੀਯ ਇਹ ਸਾਰੇ ਪਦ ਬਣਦੇ ਸੀਗੇ ਅਤੇ ਹਰ ਸਟੇਜ ਦੀਆਂ ਅਲੱਗ ਅਲੱਗ ਪਦਾਂ ਨੇ ਮੈਂ ਜਾਵਾਂਗਾ ਪੰਜਾਬ ਦੇ ਉੱਪਰ ਪੰਜਾਬੀ ਜਿਹੜੇ ਨੇ ਰਾਜਪੁਰ ਵੀ ਪਦ ਬਣਦੇ ਸੀਗੇ ਔਰ ਇੱਕ ਤੁਰਲਾ ਉੱਪਰ ਅਤੇ ਇੱਕ ਤੁਰਲਾ ਥੱਲੇ ਇਹ ਭੰਗੜੇ ਦੀ ਆ ਹਿੰਦੂਆਂ ਦੇ ਵਾਸਤੇ ਵਿਆਹ ਰਾਜਾ ਤਦ ਤੱਕ ਨਹੀਂ ਸੁਣਦਾ ਜਾ ਸਕਦਾ ਕਿ ਪਾਣੀ ਦੀ ਜ਼ਬਾਨ ਦੀਆਂ ਬੜੀ ਮਾਰੀ ਪੱਗ ਹੁੰਦੀ ਸੀਗੀ ਖੁੱਲ੍ਹਾ ਹਮੇਸ਼ਾ ਪੱਗ ਬਣ ਕੇ ਇਹ ਬਾਣੀ ਦਾ ਜਿਹੜਾ ਹੁਣੇ ਵਿਆਹ ਹੋਇਆ ਵਾ ਬਾਣੀ ਉਹਦੀ ਪਿੱਛੇ ਹੈ ਅਤੇ ਜਿੰਨੇ ਬਰਾਤੀ ਹੁੰਦੇ ਨੇ ਹਮੇਸ਼ਾ ਪੱਗ ਬਣ ਕੇ ਜਾਂਦੇ ਨੇ ਪਰ ਕਿਉਂਕਿ ਉਦੋਂ ਦੀ ਪੱਗ ਪੂਰੀ ਹੋਈ ਨਵਾਂ ਦੀ ਉਹ ਕੈਪ ਉਸ ਰਹੀ ਹੈ ਹਿੰਦੂਆਂ ਦੇ ਵਿੱਚ ਰਸਮ ਪਕੜੀ ਜਦੋਂ ਹੈੱਡ ਉਹਦਾ ਫੈਮਲੀ ਦੀ ਮੌਤ ਹੋ ਜਾਂਦੀ ਸੀਗੀ ਅਤੇ ਜਿਹੜਾ ਵੱਡਾ ਪੁੱਤਰ ਵਾ ਉਸਨੂੰ ਪੱਗੜੀ ਸਿਰ ਦੇ ਉੱਪਰ ਰੱਖ ਕੇ ਉਸਨੂੰ ਫਿਰ ਕੀਤੀ ਜਾਂਦੀ ਸੀਗੀ ਕਿ ਹੁਣ ਅਗਰ ਅੱਜ ਤੋਂ ਤੂੰ ਹੈੱਡ ਉਹਦਾ ਫੈਮਲੀ ਆ ਜਿੰਨੀਆਂ ਵੀ ਟ੍ਰਾਈਬਸ ਨੇ ਦੁਨੀਆਂ ਦੇ ਵਿੱਚ ਸਾਰੀਆਂ ਕੋਈ ਨਾ ਕੋਈ ਤਰੀਕੇ ਦੀ ਪੱਗ ਜ਼ਰੂਰ ਬੰਨ੍ਹਦੀਆਂ ਨੇ ਲੰਡਨ ਦੇ ਵਿੱਚ ਇਹ ਪਿਕਚਰ ਹੈ 1433 AD ਦੀ ਇਹ ਮੈਨ ਇਨ ਲੰਡਨ ਇਹਦਾ ਮਤਲਬ ਕਿ ਉਸ ਵਕਤ ਦੀ ਯੂਰਪ ਦੇ ਵਿੱਚ ਪੱਗ ਬੰਨੀ ਜਾਂਦੀ ਸੀ ਯੂਰਪ ਵਿੱਚ ਪੱਗ ਬੰਨਦੀਆਂ ਸੀਗੀਆਂ ਮੁਸਲਿਮ ਵਰਲਡ ਦੇ ਵਿੱਚ ਗੁਰਕਾ ਔਰ ਜਿੰਨੇ ਵੀ ਟ੍ਰਾਈਬਸ ਨੇ ਉਹਨਾਂ ਦੇ ਵਿੱਚ ਵੀ ਲੇਡੀਜ਼ ਸਿੱਖਾਂ ਦੇ ਵਿੱਚ ਨੋਰਮਲੀ ਚੁੰਨੀ ਨੂੰ ਇਸਤੇਮਾਲ ਕਰਦੀਆਂ ਨੇ ਪਰ ਸਿੱਖ ਇਹਦੇ ਬਾਰੇ ਗੁਰੂ ਸਾਹਿਬ ਨੇ ਸਾਨੂੰ ਇਹਨੂੰ ਪੱਗ ਨਹੀਂ ਕਿਹਾ ਦਸਤਾਰ ਕਿਹਾ ਹੈ ਔਰ ਇਨਡਾਇਰੈਕਟ ਕੋਟਸ ਹੈਗੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂ ਗੁਰਸਾਈ ਦਾ ਸੰਗਵਾ ਜਿਹੜਾ ਮੈਂ ਗੁਰਬਿਰਪੁਰ ਸਮਾਨ ਦਾ ਭਾਵੇਂ ਇਹਨਾਂ ਦਾ ਅਧਿਆਤਮਕ ਇਹਨਾਂ ਦਾ ਪੱਖ ਜਿਹੜਾ ਹੋਰ ਹੋਆ ਪਰ ਕਿਉਂਕਿ ਜੇ ਜਿਹੜੀ ਜੇ ਮੈਨਸ਼ਨ ਤਾਂ ਮੈਂ ਕਿਹਾ ਵੀ ਇਹ ਜ਼ਰੂਰ ਦੱਸਣਾ ਪੜਦਾ ਹੈ ਕਿ ਪੰਕੇ ਪਾਕ ਪਾਕ ਦੇ ਪੀੜੀ ਖੂਬ ਤੇਰੀ ਪੱਗੜੀ ਮਿੱਠੇ ਤੇਰੇ ਬੋਲ ਨਾ ਪਾਕ ਪਾਕ ਕਰ ਹਜ਼ੂਰ ਹਾਦਿਸਾ ਸਾਬਤ ਸੂਰਤ
ਦਸਤਾਰ ਸੀਗਾ ਇਹ ਵੈਸੇ ਮੁਸਲਮਾਨ ਦੇ ਵਾਸਤੇ ਕਹੀ ਗਈ ਹੈ ਪਰ ਤੁਸੀਂ ਦਸਤਾਰ ਦੇ ਬਾਰੇ ਗੱਲਬਾਤ ਕਰਨਾ ਕਹਿੰਦੇ ਦੱਸਣਾ ਜ਼ਰੂਰੀ ਹੈ ਅਤੇ ਕਾਲਪਨਿਕ ਫੋਟੋਆਂ ਜਿਹੜੀਆਂ ਨੇ ਬੜੇ ਜਵਾਨ ਦੀਆਂ ਉਹਨਾਂ ਦੇ ਵਿੱਚ ਵੀ ਬਸ ਦਿਖਾਈ ਗਈ ਹੈ ਅਤੇ ਜਿੰਨੇ ਸਾਡੇ ਜਰਨੈਲ ਹੋਏ ਨੇ ਸਾਰੇ ਪਗ ਬਣਦੇ ਨੇ ਖਾਸ ਗੱਲ ਗਵਾਲੇ ਦੀ ਇਹ ਸਿੱਖ ਗਵਾਲੀਅਰ ਗਵਾਲਾ ਅਤੇ ਚਾਂਦਪੁਰਾ ਬਿਨਾਂ ਚਾਂਦਪੁਰੇ ਦੇ ਅਤੇ ਦੋਨਾਂ ਨੂੰ ਮਿਲਾ ਕੇ ਇਹ ਸਿੱਖ ਗਵਾਲੀਅਰ ਸਰੀ ਨਗਰ ਕੀਰਤਨ ਦੇ ਵਿੱਚ ਮੈਂ ਇੱਕ ਫੋਟੋ ਖਿੱਚੀ ਸੀ ਜਿਹੜੇ ਛੋਟੇ ਬੱਚੇ ਨੇ ਮੈਂ ਦਸਤਾਰ ਬਣਨ ਤੋਂ ਪਹਿਲਾਂ ਪੱਕਾ ਬਣਦੇ ਨੇ ਕਿ ਮੇਰਾ ਬੇਟਾ ਆ ਅਤੇ ਜਿਹੜੇ ਸਪੋਰਟਸ ਕਰਦੇ ਨੇ ਜਾਂ ਜਿਮ ਕਰਦੇ ਨੇ ਉਹ ਵੀ ਪੱਕਾ ਬਣ ਕੇ ਨੋਰਮਲੀ ਅਤੇ ਦਸਤਾਰਬੰਦੀ ਇੱਕ ਰਸਮ ਹੈ ਸਿੱਖਾਂ ਦੇ ਵਿੱਚ ਅਤੇ ਜਿਹੜੀ ਸਿੱਖਾਂ ਦੀ ਟਰਬਲ ਹੈ ਉਹ ਪੋਲੀਟੀਕਲ ਇਹ ਡਿਫਰੈਂਸ ਹੈ ਬਿਟਵੀਨ ਸਿੱਖ ਟਰਬਲ ਐਂਡ ਦਾ ਮੁਸਲਿਮ ਟਰਬਲ ਭਾਰਤ ਸਾਡੇ ਜਿਹੜੇ ਸਾਧ ਨੇ ਸਾਧੂ ਆਪਣਾ ਪੁੱਤ ਆਉਂਦੇ ਨੇ ਉਹ ਵੀ ਵੋਟ ਪੱਕ ਖਾਂਦੇ ਨੇ ਹੁਣ ਤਾਂ ਉਹਨਾਂ ਨੇ ਜੀ ਪੋਲੀਟੀਕਲ ਪਾਰਟੀ ਸ਼ੁਰੂ ਕਰ ਦਿੱਤੀ ਆ ਅਤੇ ਪੱਕ ਸਾਡੇ ਸਿਰ 'ਤੇ ਦਸਤਾਰ ਸਾਡੇ ਸਿਰ 'ਤੇ ਇਹਦੀ ਨਹੀਂ ਹੈ ਇਹਦੇ ਵਾਸਤੇ ਬੜੀਆਂ ਕੁਰਬਾਨੀਆਂ ਕੀਤੀਆਂ ਜਿਹਨਾਂ ਨੇ ਜੇ ਮੈਂ ਜਲਦੀ ਜਲਦੀ ਲਵਾਂਗਾ ਪਰ ਫਰਾਂਸ ਦੇ ਕਦੇ ਵੀ ਦਸਤਾਰ ਸਿਰ ਦੇ ਉੱਪਰ ਸਜਾਉਣ ਦੇ ਵਾਸਤੇ ਜਦੋਂ ਚਾਹੇ ਚੱਲ ਰਹੀ ਹੈ ਜਦ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਫ੍ਰੈਂਚ ਜਨਰਲ ਕੰਮ ਕਰ ਚੁੱਕੇ ਨੇ ਔਰ ਇਹ ਪੋਸਟ ਕਾਰਡ ਹੈ ਫਰਾਂਸ ਦਾ ਜਿਹੜਾ ਇਹ ਸ਼ੋਅ ਕਰ ਰਿਹਾ ਹੈ ਕਿ ਅਰਾਈਵਲ ਆਫ ਮੁਸਲਿਮ ਰੈਜੀਮੈਂਟ ਇਨ ਫਰਾਂਸ ਡਿਊਰਿੰਗ ਵਰਲਡ ਵਾਰ ਟੂ ਉਸਦੇ ਬਾਵਜੂਦ ਵੀ ਫਰਾਂਸ ਦੇ ਵਿੱਚ ਕਦੇ ਵੀ ਸਿੱਖ ਜਦੋਂ ਕੈਦ ਕਰ ਰਹੇ ਨੇ ਕੈਨੇਡਾ ਦੇ ਵਿੱਚ ਇਨਾਮ ਨੇ ਸਾਰੇ ਜਿੱਥੋਂ ਜਿੱਥੋਂ ਸਿੱਖ ਲੜਾਈ ਲੜੀ ਹੈ ਜਿਹਨਾਂ ਨੇ ਸਪੈਸ਼ਲ ਮੈਂਸ਼ਨ ਬੁਕਨ ਸਿੰਘ ਜੀ ਅਤੇ ਕਸ਼ਮੀਰ ਸਿੰਘ ਜੀ ਅਚੀਵਮੈਂਟ ਇਨ ਬ੍ਰਿਟਿਸ਼ ਕੋਲੰਬੀਆ ਫਤਿਹ ਸਿੰਘ ਜੀ ਨੌਂ ਸਾਡੇ ਵਿੱਚ ਬੈਠੇ ਹੋਏ ਨੇ ਅੱਜ ਇਹਨਾਂ ਨੇ ਆਰ ਸੀ ਐਮ ਦੇ ਵਿੱਚ ਤੜਕਾ ਬੈਠਣ ਦੇ ਵਾਸਤੇ ਜਦੋਂ ਕਹਿ ਦਿੱਤੀ ਅਤੇ ਬਰਾਇਨ ਮੋਂਟਗੋਮਰੀ ਦੀ ਸਰਕਾਰ ਨੇ 1990 ਦੇ ਵਿੱਚ ਇਹ ਆਉਟ ਕੀਤਾ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਉਹਨਾਂ ਦੇ ਕਰਕੇ ਅੱਜ ਆਰ ਸੀ ਐਮ ਦੇ ਵਿੱਚ ਅਸੀਂ ਦਰਖਾਸਤ ਲਾ ਕੇ ਅਤੇ ਅਵਤਾਰ ਸਿੰਘ ਜੀ ਪਹਿਲੋਂ ਹੁਣ ਤੁਸੀਂ ਸੁਣ ਕੇ ਰੱਖਿਓ ਇਹਨਾਂ ਦੀ ਜਦੋਂ ਤਹਿਤ ਦੇ ਨਾਲ ਵੀਹ ਦੇ ਵਿੱਚ ਮੋਟਰਸਾਈਕਲ ਚਲਾਉਣ ਦੀ ਸਾਨੂੰ ਇਜਾਜ਼ਤ ਮਿਲੀ ਇੰਪੋਰਟੈਂਸ ਉਹ ਕਰਦਾ ਜਿਹੜੇ ਸੋਲਜੀਅਰਸ ਨੇ ਉਹ ਪੀਸ ਟਾਈਮ ਦੇ ਉੱਪਰ ਉਹ ਵੀ ਬੈਠਦੇ ਨੇ ਅਤੇ ਬੈਠਦੇ ਬੁੱਧ ਦਾ ਵਾਰ ਸਾਡੇ ਦਸਤਾਰ ਹੈ ਬਹੁਤ ਪੀਸ ਟਾਈਮ ਐਂਡ ਵਾਰ ਟਾਈਮ ਜਦੋਂ ਗਰਮੀ ਹੁੰਦੀ ਹੈ ਸੂਰਜ ਦੀ ਉਹਦਾ ਲੋਕ ਕੈਪ ਪਹਿਨਦੇ ਨੇ ਪ੍ਰੋਟੈਕਟ ਕਰ ਸਰਦੀ ਦੇ ਵਿੱਚ ਵੀ ਕੈਪ ਹੁੰਦੇ ਆ ਹਰ ਕੋਈ ਬੱਚੇ ਵਾਸਤੇ ਬਹੁਤ ਦਸਤਾਰ ਵਾ ਸੋ ਦਸਤਾਰ ਇਜ਼ ਅ ਸਿੰਬਲ ਆਫ ਓਨਰ ਸੈਲਫ ਰਿਸਪੈਕਟ ਸਪਿਰਚੁਅਲਿਟੀ ਹੋਲੀਨੈਸ ਹਾਈ ਮੋਰਲ ਵੈਲਿਊਜ਼ ਮਿਸ਼ਨਰੀ ਜੀ ਐਂਡ ਕਰੇਜ ਇਹ ਸਾਡਾ ਇੱਕ ਸਪਿਰਚੁਅਲ ਗਰਾਊਂਡ ਹੈ ਜੋ ਅਗਰ ਉਸ ਵਕਤ ਗੁਰੂ ਸਾਹਿਬ ਸਾਡੇ ਨਾ ਮੁਸਲਮਾਨਾਂ ਦੇ ਖਿਲਾਫ ਖੜੇ ਹੁੰਦੇ ਤਾਂ ਅੱਜ ਸਾਡੇ ਸਿਰ 'ਤੇ ਵੀ ਦਸਤਾਰ ਕੀਤੀ ਹੋਣੀ ਅਤੇ ਸਾਡੀ ਅਸੀਂ ਇਹ ਸਾਡੀ ਜਿਹੜੀ ਦੇਰ ਨੂੰ ਗੁਰੂ ਸਾਹਿਬ ਦੀ ਆ ਇਹਨਾਂ ਲੱਖਾਂ ਦੇ ਨਾਲ ਹੈ
ਆਗੇ ਦੀ ਪ੍ਰੈਜੈਂਟੇਸ਼ਨ ਆ ਖਤਮ ਕਰਦਾ ਹਾਂ। ਇੱਕ ਮੇਰੀ ਸੁਜੈਸ਼ਨ ਜ਼ਰੂਰ ਹੈਗੀ ਆ ਸਿੱਖ ਮੋਟਰਸਾਈਕਲ ਕਲੱਬ ਵਾਲਿਆਂ ਨੂੰ ਕਿ ਇਹ ਦਸਤਾਰ ਸੁਕਾਉਣ ਦਾ ਕੰਮ ਹਰ ਨਗਰ ਕੀਰਤਨ 'ਤੇ ਕਰਦੇ ਨੇ। ਮੇਰੀ ਇੱਕ ਸੁਜੈਸ਼ਨ ਹੈ ਇਹਨਾਂ ਨੂੰ ਕਿ ਜਦੋਂ ਇਹ ਦਸਤਾਰਬੰਦੀ ਦਾ ਕੰਮ ਕਰਦੇ ਨੇ ਉੱਥੇ ਇੱਕ ਵੱਡਾ ਸਾਰਾ ਪੋਸਟਰ ਬਣਾ ਕੇ ਜਿਹਦੇ ਵਿੱਚ ਪੰਜ ਛੇ ਲਾਈਨਾਂ ਦੇ ਵਿੱਚ ਪੰਜਾਬੀ ਹੋਣੀ ਜਿਹੜੀ ਦੇ ਵਿੱਚ ਦਸਤਾਰ ਦੀ ਇੰਪੋਰਟੈਂਸ ਲਿਖੀ ਹੁੰਦੀ ਤਾਂ ਕਿ ਜਿਹੜੇ ਲੋਕ ਵੇਟ ਕਰ ਰਹੇ ਨੇ ਭਾਵੇਂ ਉਹ ਬੁੜੇ ਨੇ ਭਾਵੇਂ ਉਹ ਆਪਣੇ ਬੱਚੇ ਨੇ ਵੇਟ ਕਰ ਰਹੇ ਨੇ ਜੇਕਰ ਵੀ ਦਸਤਾਰ ਦੀ ਇੰਪੋਰਟੈਂਸ ਕੀ ਨਹੀਂ ਤਾਂ ਲੋਕ ਘਰ ਜਾ ਕੇ ਲਾ ਕੇ ਦੱਸ ਸਕਦੇ ਨੇ ਉਹਨਾਂ ਨੂੰ ਪਤਾ ਕਿ ਅਤੇ ਇੱਕ ਵੀ ਐਜੂਕੇਸ਼ਨ ਫੋਰ ਦੈਮ ਐਂਡ ਇਫ ਪੋਸੀਬਲ ਮੇਕ ਅ ਸਮਾਲ ਪੈਫਲੇਟ ਵਿਦ ਫੋਰ ਹਾਈ ਲਾਈਨਸ ਦਾ ਇੰਪੋਰਟੈਂਸ ਕਰਨਾ ਮੈਂ ਕੈਨ ਹੈਲਪ ਦੈਮ ਵਾਟ ਟੂ ਰਾਈਟ ਐਂਡ ਦੈਟ ਦੈਟ ਕੈਨ ਬੀ ਡਿਸਟ੍ਰੀਬਿਊਟਿਡ ਸੋ ਦੈਟ ਪੀਪਲ ਨੋ ਦੈਟ ਮਾਈ ਕੰਪਨੀ ਇਜ਼ ਵੈਨ ਦੈਟ ਮੈਂ ਕਰਦਾ ਹਾਂ ਮੈਂ ਸਟਾਪ ਨਹੀਂ ਕਰਦਾ ਹਾਂ।